ਜਦੋਂ ਮਹਾਂਪੁਰਖਾਂ ਕੋਲ ਆਵਾਂਗੇ ਤਾਂ ਗੁਰਬਾਣੀ ਦੁਆਰਾ ਤੁਹਾਨੂੰ ਸਮਝਾਉਣਗੇ ਵੀ ਆ ਦੇਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਵਚਨ ਕਰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ ਤਬ ਹੀ ਮਾਨਸ ਦੇਹੀ ਪਾਈ। ਗੁਰੂ ਦੀ ਸੇਵਾ ਗੁਰੂ ਦੀ ਭਗਤੀ ਕਾਰਨ ਕਰਕੇ ਹੀ ਤੈਨੂੰ ਮਨੁੱਖਾ ਜਨਮ ਮਿਲਿਆ, ਹੋਰੇ ਦਾ ਕੋਈ ਪ੍ਰਯੋਜਨ ਹੀ ਨਹੀਂ। ਇਹ ਮਹਾਂਪੁਰਖ ਦੱਸਣਗੇ ਗੁਰੂ ਦੀ ਸੇਵਾ ਗੁਰੂ ਦੀ ਭਗਤੀ ਕਾਰਨ ਕਰਕੇ ਹੀ ਤੈਨੂੰ ਮਨੁੱਖਾ ਜਨਮ ਮਿਲਿਆ। ਤੇ ਗੁਰਮੁਖ ਪਹਿਰੋ ਕਥਾ ਕੀਰਤਨ ਦਾ ਮਤਲਬ ਨੀ ਵੀ ਸੁਣ ਕੇ ਪੱਲਾ ਝਾੜ ਕੇ ਤੁਰ ਜਾਓ, ਜੇ ਤੁਹਾਡਾ ਕੁਝ ਸਮਰੇ ਹੀ ਨਹੀਂ, ਤੁਹਾਡਾ ਮਨ ਬਦਲੇ ਹੀ ਨਹੀਂ, ਫਿਰ ਸਤਸੰਗਤ ਕਰੀ ਦਾ ਕੋਈ ਫਾਇਦਾ ਨਹੀਂ। ਇਸੇ ਕਰਕੇ ਅੱਜ ਤੋਂ ਬਾਅਦ ਦੇਖੋ ਵੀ ਅਸੀਂ ਕਿੱਥੇ ਖੜੇ ਹਾਂ। ਮੈਂ ਆਪ ਜੀ ਕੋਲ ਕੁਝ ਬੇਨਤੀਆਂ ਕਰਦਾ, ਜੋ ਸ਼੍ਰੀ ਮਾਨ ਸਾਹਿਬ ਬਾਬਾ ਨਰਾਇਣ ਸਿੰਘ ਮੋਨਗੀ ਨਾਲ ਰਹਿ ਕੇ ਮੈਂ ਸਿੱਖਿਆ, ਬਸ ਉਹਨਾਂ ਕੁ ਮੈਂ ਆਪ ਜੀ ਨਾਲ, ਕਿਉਂਕਿ ਬਹੁਤਾ ਮੈਨੂੰ ਕੁਝ ਬੋਲਣਾ ਨਹੀਂ ਹੁੰਦਾ, ਕਿਉਂਕਿ ਸੇਵਾ ਵਿੱਚ ਹੀ ਰਹੇ ਮਹਾਂਪੁਰਖਾਂ ਦੇ। ਅਤੇ ਜਦ ਨੂੰ ਥੋੜ੍ਹਾ ਜਿਹਾ ਤੁਰਨ ਲੱਗੇ ਉਦੋਂ ਮਹਾਂਪੁਰਖ ਸ੍ਰੀ ਚੰਗ ਜੀ ਆਉਂਦਾ ਆਉਂਦਾ ਕੁਝ ਨਹੀਂ, ਅਤੇ ਇਹ ਤਾਂ ਬਾਬਾ ਜੀ ਦੀ ਕਿਰਪਾ ਵੀ ਮੈਨੂੰ ਉੱਚੇ ਥਾਵੇਂ ਬਿਠਾਤਾ। ਆਓ ਆਪਾਂ ਰਲ ਮਿਲ ਕੇ ਵਿਚਾਰਾਂ ਕਰਦੇ, ਕੋਈ ਗੁੱਸਾ ਵੀ ਨਾ ਕਰ ਜਿਓ ਆਓ। ਤੇ ਗੁਰਮੁਖ ਪਿਆਰੇ ਜਦੋਂ ਸਤਸੰਗ ਵਿੱਚ ਆਵੋਗੇ ਮਹਾਂਪੁਰਖਾਂ ਕੋਲ ਬਾਣੀ ਦੇ ਦੁਆਰਾ ਕਹਿਣਗੇ ਵੀ ਤੈਨੂੰ ਮਨੁੱਖਾ ਜਨਮ ਮਿਲਿਆ, ਇਹਦਾ ਪ੍ਰਯੋਜਨ ਇੱਕ ਹੈ ਪਰਮਾਤਮਾ ਨੂੰ ਮਿਲਣਾ। ਹੁਣ ਵਸਤੂ ਕਿਹੜੀ ਦਿੰਦੇ ਨੇ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ? ਕਿਹੜੀ ਵਸਤੂ ਝੋਲੇ 'ਚ ਪਾਉਂਦੇ ਨੇ? ਮਹਾਂਪੁਰਖਾਂ ਦੇ ਜ਼ਰੀਏ ਪਾਉਂਦੇ ਆ, ਮਹਾਂਪੁਰਖਾਂ ਦੇ ਬਿਜਲੀ ਹੋ ਕੇ ਪਾਉਂਦੇ ਆ। ਵੀ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ। ਭਜੋ ਗੋਬਿੰਦ ਵੀ ਪਰਮਾਤਮਾ ਦੀ ਬੰਦਗੀ ਕਰ, ਜਪ ਮਨ ਮੇਰੇ ਸਤਨਾਮ ਸਦਾ ਸਤਨਾਮ। ਹਲਤ ਪਲ ਤੋਂ ਪੂਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਣਾ। ਤੇ ਗੁਰਮੁਖ ਪਿਆਰਿਓ, ਬਸ ਮੈਂ ਬਾਬਾ ਜੀ ਬਾਰੇ ਦਾ ਸਾਰੇ ਮਹਾਂਪੁਰਖਾਂ ਨੇ ਦੱਸਣਾ, ਜਿਵੇਂ ਸਤਿਗੁਰ ਬੁਲਾਉਂਦੇ ਆ ਆਪਾਂ ਕੋਈ ਬੋਲਦੇ ਹਾਂ। ਬੜੇ ਵਿਦਵਾਨ ਲੋਕ, ਬੜੇ ਪੜ੍ਹੇ ਲਿਖੇ ਲੋਕ ਬੈਠੇ ਹੁੰਦੇ ਆ ਸੰਗਤ ਵਿੱਚ। ਪਹਿਲਾਂ ਹੀ ਮਾਫ਼ੀ ਮੰਗਣਾ ਵੀ ਮੈਂ ਕਿਸੇ ਦੇ ਦਿਲ ਦਿਮਾਗ ਨੂੰ ਕੋਈ ਗਲਤ ਠੇਸ ਪਹੁੰਚਣ ਦੀ ਮਾਫ਼ੀ ਮੰਗਦਾ। ਪਹਿਲੇ ਆਪਣੇ ਅੰਦਰ ਝਾਤ ਦੇ ਮਾਰ ਕੇ ਦੇਖੋਗੇ, ਆਪਾਂ 50-50 ਸਾਲ ਦੇ ਹੋ ਗਏ, ਕੁਝ ਗੱਲ ਬਣੀ ਆ ਦੇਖੋ। ਕਲਾ ਗੁਰਦੁਆਰੇ ਵੀ ਜਾਂਦੇ ਹਾਂ, ਦਾਨ ਵੀ ਕਰਦੇ ਹਾਂ, ਸੇਵਾ ਵੀ ਕਰਦੇ ਹਾਂ, ਭਾਂਡੇ ਵੀ ਮਾਂਜਦੇ ਹਾਂ, ਜੋੜੇ ਜੋੜੇ ਵੀ ਝਾੜਦੇ ਹਾਂ। ਅਤੇ ਗੁਰਮੁਖ ਪਿਆਰਿਓ, ਅਤੇ ਮੈਨੂੰ ਤਾਂ ਜੀ ਦਾ ਵੀ ਕੋਈ ਗੱਲ ਬਣੀ ਹੋਣੀ ਹੁੰਦੀ ਹੈ, ਮੈਨੂੰ ਤਾਂ ਦੱਸਿਆ ਵੀ ਕੁਝ ਵੀ ਗੱਲ ਬਣ ਗਈ ਹੁੰਦੀ ਹੈ। ਕਿਉਂਕਿ ਜੇ ਗੱਲ ਬਣੀ ਹੁੰਦੀ ਨਾ, ਜਿਵੇਂ ਮਹਾਂਪੁਰਖਾਂ ਨੇ ਕਿੱਡਾ ਵੱਡਾ ਉਪਰਾਲਾ ਕੀਤਾ, ਆਪਾਂ ਇੰਨੇ ਕੀ ਬੈਠੇ ਹੁੰਦੇ ਜੇ ਗੱਲ ਬਣੀ ਹੁੰਦੀ। ਤੇ ਗੁਰਮੁਖ ਪਿਆਰਿਓ, ਇਹ ਕਾਰਨ ਇੱਕੋ ਹੀ ਆ ਕਿ ਸਾਨੂੰ ਜੋ ਬਾਪੂ ਵਚਨ ਕਰਦੇ ਹੁੰਦੇ ਬਿਲਕੁਲ ਮੰਨਣਾ ਪੈਣਾ ਸਾਨੂੰ ਵੀ ਦਾਤ ਪਿਆਰੀ ਵਿਸਰਿਆ ਦਾਤਾਰਾ ਆਪਣਾ ਹਾਲ ਹੀ ਆ, ਉਹ ਆਪਣਾ ਹਾਲ ਹੀ ਆ ਦਾਤ ਪਿਆਰੀ ਵਿਸਰਿਆ। ਅਸੀਂ ਸੁੱਖ ਭਾਲਦੇ ਹਾਂ, ਸੁੱਖਾਂ ਦੇ ਵਿੱਚ ਪਰਮੇਸ਼ਰ ਦੂਰ ਹੁੰਦਾ, ਉਹ ਪਿਆਰਿਓ ਦੁੱਖਾਂ ਵਿੱਚ ਨੇੜੇ ਆਉਂਦਾ, ਦੁੱਖ ਦਾ ਰੂਹ ਸੁੱਖ ਰੋਗ ਭਇਆ। ਆਪਾਂ ਸੁੱਖ ਤਾਂ ਲੈ ਲਿਆ ਪਰ ਰੋਗੀ ਹੋ ਗਏ, ਹੋ ਗਿਆ ਰੋਗੀ ਹੋ ਗਏ। ਜਿਹੜੇ ਮਹਾਂਪੁਰਖ ਨੇ ਤੇ ਗੁਰਮੁਖ ਪਿਆਰਿਓ, ਉਹ ਕਹਿੰਦੇ ਨੇ ਕੋਈ ਨੀ ਪਰਮਾਤਮਾ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਕਮਾਲਾ ਪਿਆਰਿਓ, ਤੁਹਾਡੇ ਤੋਂ 10-10 ਰੁਪਏ ਇਕੱਠੇ ਕਰਕੇ ਤੁਹਾਡੇ ਵਾਸਤੇ ਲੰਗਰ ਲਾ ਜਾਂਦੇ ਆ। ਦੇਖੋ ਕੀ ਮਹਾਂਪੁਰਖਾਂ ਦੀ ਮਿਲ ਖੜੀ ਹੈ ਵੀ ਤੁਸੀਂ ਕੰਮ ਨਹੀਂ ਕਰੋਗੇ ਉੱਥੇ।
ਤੇ ਗੁਰਮੁਖ ਪਿਆਰੇ ਦੇਖੋ ਤੁਸੀਂ ਕਿੱਡਾ ਵੱਡਾ ਤਿਆਗ ਹੁੰਦਾ ਮਹਾਂਪੁਰਖਾਂ ਦਾ, ਏਡਾ ਵੱਡਾ ਤਿਆਗ ਤੇ ਗੁਰਮੁਖ ਕਹਿ ਲਓ ਸੰਗਤ ਵਾਸਤੇ ਸਭ ਕੁਝ ਵਾਰ ਕੇ ਵੀ ਕਰਜਈ ਵੀ ਕਈ ਮਹਾਂਪੁਰਖ ਹੋ ਗਏ ਸੰਗਤ ਜੀ, ਇਹ ਵੀ ਮੈਂ ਕਈ ਮਹਾਂਪੁਰਖਾਂ ਕੋਲ ਜਾਂਦੇ ਹਾਂ, ਕਰਜਈ ਵੀ ਹੋ ਗਏ ਉਹ ਵੀ ਸੰਗਤ ਨੂੰ ਕਿਵੇਂ ਨਾ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਲੜ ਜੋੜਿਆ ਜਾਵੇ, ਕਿਵੇਂ ਨਾ ਕਿਵੇਂ ਇਹ ਲੋਕ ਜੁੜ ਜਾਣ। ਇਹ ਗੁਰਮੁਖ ਪਿਆਰੋ ਕਿਤੇ ਕਿਤੇ ਬਚਨ ਮਹਾਂਪੁਰਖਾਂ ਨੇ ਕਹੇ, ਜੈਸੇ ਅੱਠ ਸੱਠ ਤੀਰਥ ਪਰਸ ਕੀਓ ਜੁਗ ਚਾਰ ਚੜ੍ਹਿਓ ਕਹਿ ਲਾਸ ਰਹਿਓ। ਦੇਖੋ ਪ੍ਰਮਾਣ ਦੇ ਦੇ ਕੇ ਸਮਝਾਉਂਦੇ ਆ, ਇੰਨੇ ਇੰਨੇ ਪਿਆਰੇ ਬਚਨ ਆਪਣੀ ਧੂੜ ਚ ਪਾ ਭਾਈ ਗੁਰਦਾਸ ਜੀ ਨੇ, ਤੇ ਸਿੱਖੋ ਆਪਾਂ ਤੇ ਨਫ਼ਰਤ ਹੀ ਕਰਨ ਲੱਗ ਗਏ, ਇੱਥੇ ਤੱਕ ਪਹੁੰਚ ਗਈ ਵੀ ਆਪਾਂ ਤਾਂ ਗੁਰੂ ਦੇ ਪੁੱਤਰਾਂ ਨੂੰ ਕੋਈ ਬਖਸ਼ਦੇ, ਇੱਥੇ ਤੱਕ ਪਹੁੰਚ ਗਿਆ। ਬਾਬੇ ਸ੍ਰੀ ਚੰਦ ਦੇ ਬਾਰੇ ਤੇ ਗੁਰਮੁਖ ਪਿਆਰੇ ਬਸ ਇੱਕੋ ਹੀ ਗੱਲ ਕਰਦੇ ਨੇ ਵੀ ਉਹਨਾਂ ਨੇ ਬਚਨ ਨਹੀਂ ਦੇਣੇ। ਦੇਖੋ ਤੇ ਗੁਰਮੁਖ ਪਿਆਰਿਓ ਬਸ ਕਿਹੜਾ ਬਚਨ, ਕਹਿੰਦੇ ਪੁੱਤਰੀ ਕੌਲ ਨਾ ਪਾਲਿਓ, ਬਸ ਆਹ ਇੱਕ ਧੁੱਕ ਲੈ ਲੈਂਦੇ ਨੇ, ਇਹਦੇ ਆਲੇ ਦੁਆਲੇ ਘੁੰਮ ਜਾਂਦੇ ਆ। ਨਹੀਂ ਸੰਗਤ ਜੀ, ਤੇ ਜਿਹੜਾ ਦੀਨ ਦੁਨੀ ਦਾ ਮਾਲਕ ਹੈ, ਤਿੰਨ ਲੋਕ ਦਾ ਮਾਲਕ ਹੈ, ਗੁਰੂ ਨਾਨਕ ਦੇਵ ਜੀ ਆਪ ਨਰੈਣ ਕਲਾ ਧਾਰ ਜਗ ਮੈਂ ਪਰਬਰਿਓ, ਜਿਹਦੀ ਪੂਰੀ ਕੈਨਾਤ ਉੱਪਰ ਜਿਹਦਾ ਹੁਕਮ ਚੱਲਦਾ, ਤੁਹਾਡਾ ਖਿਆਲ ਆਉਂਦਾ ਆਪਣੇ ਨੰਗਲਾ ਮਣੀ ਚੱਲਦਾ ਹੋਣਾ ਸੰਗਤ ਜੀ। ਬਸ ਇਹ ਤਾਂ ਮੇਰੇ ਵਰਗੇ ਤੁੰਚ ਗਿਆਨੀਆਂ ਨੇ ਤੇ ਗੁਰਮੁਖ ਪਿਆਰਿਓ ਹੋਰ ਹੀ ਗੱਲਾਂ ਕਰ ਦਿੱਤੀਆਂ ਤੇ ਸਾਨੂੰ ਦੂਰ ਕਰ ਦਿੱਤਾ, ਸਾਨੂੰ ਆਪਸ ਵਿੱਚ ਹੀ ਪਾੜ ਦਿੱਤਾ। ਕਾਰਨ ਇੱਕੋ ਹੀ ਆ ਵੀ ਆਪਾਂ ਉਹਨਾਂ ਦੀਆਂ ਸੁਣ ਲਈਆਂ, ਆਪਾਂ ਗੁਰੂ ਦੀ ਸੁਣੀ ਜੀ, ਬਸ ਇੱਕ ਗੱਲ ਹੈ ਵੀ ਆਪਾਂ ਉਹਨਾਂ ਦੇ ਸੁਣ ਲਈਆਂ ਜਿਹਨਾਂ ਨੇ ਸਾਨੂੰ ਗੁਰੂ ਤੋਂ ਦੂਰ ਕਰਨਾ ਚਾਹਿਆ। ਉਹ ਜੀ ਸ੍ਰੀ ਚੰਦ ਵਾਲੇ ਨੇ ਜੀ, ਉਹ ਗੁਰੂ ਨਾਨਕ ਨੂੰ ਮੰਨਣ ਵਾਲੇ ਨੇ ਜੀ, ਉਹ ਗੁਰੂ ਗੋਬਿੰਦ ਸਿੰਘ ਨੂੰ ਮੰਨਦੇ ਨੇ ਜੀ, ਉਹ ਫਲਾਣੇ ਬਾਬੇ। ਅਸੀਂ ਇਹ ਤਾਂ ਸੁਣ ਲਿਆ, ਪਰ ਇਹ ਵੀ ਦੇਖਿਆ ਵੀ ਸਾਰੀਆਂ ਨਦੀਆਂ ਸਾਰੇ ਦਰਿਆ ਸਮੁੰਦਰ ਚ ਹੀ ਬਹਿੰਦੇ ਆ, ਇਹ ਨਹੀਂ ਦੇਖਿਆ। ਜੇ ਕਿ ਧਿਆਨ ਨਾਲ ਦੇਖੋ ਜਿੰਨੇ ਮਹਾਂਪੁਰਖ ਨੇ ਉਹਨਾਂ ਦਾ ਸਾਰਿਆਂ ਦਾ ਬਿੰਦੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਰਿਆਂ ਦਾ। ਇਸੇ ਕਰਕੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਕਮਾਲ। ਮੈਂ ਜੋ ਮਹਾਂਪੁਰਖਾਂ ਤੋਂ ਸੁਣਿਆ ਤੇ ਗੁਰਮੁਖ ਪਿਆਰਿਆ ਸਤਿਗੁਰੂ ਬਾਪੂ ਨੂੰ ਆਪਣੇ ਪੁੱਤਰ ਪਿਆਰੇ ਸੀ, ਜਿਵੇਂ ਤੁਹਾਨੂੰ ਆਪਣੇ ਪੁੱਤਰ ਪਿਆਰੇ ਨੇ, ਕਿਹੜਾ ਤੁਹਾਡੇ ਤੋਂ? ਆਪਾਂ ਤਾਂ ਕਹਿੰਦੇ ਨੇ ਪੁੱਤਰੀ ਕੌਣ ਨਾ ਪਾਲਿਓ, ਵੀ ਤਾਂ ਕਰਕੇ ਵੀ ਪੁੱਤਰਾਂ ਨੇ ਗੱਲ ਨੀ ਮੰਨੀ, ਤਾਂ ਕਰਕੇ ਗੁਰੂ ਨਾਨਕ ਦੇ ਸੇਵਕ ਨੂੰ ਗੱਦੀ ਦੇ ਦਿੱਤੀ। ਆਪਾਂ ਕਿੰਨੀ ਕੁ ਮੰਨ ਲਿਆ ਉਹ ਪਿਆਰਿਓ, ਕਿੰਨੇ ਕੁ ਆਪਾਂ ਜਿਹੜੇ ਨਿਤਨੇਮੀ ਆ, ਕਿੰਨੇ ਕੁ ਜਿਹੜੇ ਜਪਜੀ ਸਾਹਿਬ ਦਾ ਪਾਠ ਨੂੰ ਜਵਾਨੀ ਕੰਠ ਕਰੀ ਫਿਰਦੇ ਆ। ਚਲੋ ਮਹਾਂਪੁਰਖਾਂ ਦੀ ਜੁਗਤੀ ਦੇਖੋ ਪਿਆਰਿਓ, ਕਹਿੰਦੇ ਦੇਖ ਤੈਨੂੰ ਸਮਝਾਈਏ, ਜੈਸੇ ਅੱਠ ਸੱਠ ਤੀਰਥ ਫਸ ਪੀਓ ਜੁਗ ਚਾਰ ਚੜ੍ਹਿਓ ਕਹਿ ਲਾਸ ਰਿਓ। ਕਹਿੰਦੇ ਤੂੰ 68 ਵਾਰੀ ਤੀਰਥਾਂ ਦਾ 68 ਤੀਰਥਾਂ ਦਾ ਇਸ਼ਨਾਨ ਕਰ ਲਾ, ਕਲਾਹ ਯੁਗ ਪਰਬਤ ਤੇ ਜਾ ਕੇ ਚੜ੍ਹ ਜਾ, ਉੱਥੇ ਤਪੱਸਿਆ ਕਰ, ਲੱਖਾਂ ਯੁਗ ਉੱਥੇ ਜਾ ਕੇ ਤਪੱਸਿਆ ਕਰ। ਜੈਸੇ ਲੱਖ ਵਾਰ ਕੁਰਸ਼ੇਤਰ ਨੇ ਅਸਮੇਧ ਜਾਗਾ ਭੰਗ ਠਹਿਓ। ਸਿੱਖੋ ਸੁਣਿਓ ਧਿਆਨ ਨਾਲ, ਤੂੰ ਕੁਰਕਸ਼ੇਤਰ ਸ਼ਹੀਦਾਂ ਦੀ ਧਰਤੀ, ਤੂੰ ਜਾ ਕੇ ਉੱਥੇ ਜੱਗ ਕਰ, ਸਵੇਧ ਜੱਗ ਕਰ। ਜੈਸੇ ਲੱਖ ਵਾਰ ਕੁਰਕਸ਼ੇਤਰ ਮੇ ਅਸਵੇਧ ਜੱਗ ਅਭੰਗ ਠਹਿਓ, ਜੈਸੇ ਕੋਟ ਬਰਸ ਤਪ ਉਰਤ ਮੁਖੀ ਮੈਂ ਸੰਤਰ ਮੈਂ ਤਨ ਦਾਤ ਹੋ। ਚਾਹੇ ਕਰੋੜਾਂ ਜਨਮ ਲੈ ਕੇ ਤੂੰ ਆਪਣੇ ਆਪ ਨੂੰ ਅੱਖ ਦੇ ਸਪੁਰਦ ਕਰ ਦੇ ਪਰਮਾਤਮਾ ਦੀ ਯਾਦ ਵਿੱਚ। ਸਿੱਖੋ ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ, ਹੁਣ ਅੰਮ੍ਰਿਤ ਨਾਮ ਵਿਸ਼ੇਸ ਕੀ ਜਿਨੀ ਏਕ ਵਾਰ ਸ੍ਰੀ ਵਾਹਿਗੁਰੂ ਕਰਿਓ। ਦੇਖੋ ਐਡਾ ਸੌਖਾ ਤਰੀਕਾ ਸਾਡੀ ਝੋਲੀ ਚ ਪਾਇਆ ਸੀ, ਨਿੰਦਕ ਬਣ ਕੇ ਰਹਿ ਗਏ ਹੋਰ ਪਿਆਰੇ, ਗੁੱਸਾ ਤਾਂ ਨਾ ਕਰਿਓ। ਮਹਾਂਪੁਰਖਾਂ ਨੇ ਮੈਥਡ ਦਿੱਤਾ ਸਾਨੂੰ, ਸਤਸੰਗ ਦੀ ਗੱਲ ਵਿੱਚ ਮੈਂ ਬੋਲ ਰਿਹਾ, ਧਿਆਨ ਦਿਓ, ਕਿਉਂਕਿ ਵਿਦਵਾਨ ਲੋਕਾਂ ਦੀ ਸਟੇਜ ਹੁੰਦੀ ਆ, ਮਹਾਂਪੁਰਖ ਬੜੇ ਵਿਦਵਾਨ ਹੁੰਦੇ ਨੇ, ਇਹ ਤਾਂ ਉਦਾਸੀਨ ਅਖਾੜੇ ਦੇ ਮਹਾਂਪੁਰਖ ਨੇ, ਇਹ ਤਾਂ ਬਹੁਤ ਹੀ ਵਿਦਵਾਨ ਨੇ। ਤੇ ਗੁਰਮੁਖ ਪਿਆਰਿਓ ਮੈਂ ਕਿਉਂਕਿ ਵਿਚਰਦਾ ਰਹਿੰਦਾ ਇਹਨਾਂ ਵਿੱਚ, ਤੇ ਅੱਜ ਵੀ ਮੈਂ ਬਾਬਾ ਜੀ ਦਾ ਤੇ ਗੁਰਮੁਖ ਪਿਆਰਿਓ ਬੇਨਤੀ ਕਰਕੇ ਹਟਿਆ, ਪਹਿਲਾਂ ਵੀ ਅੱਜ ਕਿਤੇ ਹੋਰ ਬਾਬਾ ਸ੍ਰੀ ਚੰਦ ਦਾ ਪਰਨਾ ਫੁੱਡੀ ਕਲਾਂ ਡੇਰਾ ਉੱਥੇ ਸਮਾਗਮ ਸੀ, ਮੈਂ ਕੱਲ੍ਹ ਉਹਨਾਂ ਤੋਂ ਮਾਫ਼ੀ ਮੰਗ ਕੇ ਆਇਆ, ਮੈਂ ਪਹਿਲੀ ਵਾਰੀ ਬੁਲਾਇਆ ਬਾਬਾ ਜੀ ਨੇ, ਜਾਵਾਂਗੇ ਜ਼ਰੂਰ।
ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਦੱਸ ਦਿਓ ਕਿ ਨਹੀਂ ਗੁਰਮੁਖ ਫਿਰ ਆਪਣੀ ਕਿਹੜਾ ਮਿਲ ਖੜੀ ਆ, ਨਹੀਂ ਬਲਾ ਨੂੰ ਗੁਲਾਮ ਨਾ ਬੁਲਾਇਓ, ਇਹ ਵੀ ਹੈ। ਪਰ ਗੱਲ ਸੱਚੀ ਕਹਿ ਕੇ ਜਾਊਂਗਾ, ਸੁਣਿਓ ਧਿਆਨ ਨਾਲ। ਸਾਡੇ ਮਹਾਂਪੁਰਖਾਂ ਨੇ, ਭਾਰਤ ਵਰਸ਼ ਦੇ ਰਿਸ਼ੀਆਂ ਮੁਨੀਆਂ ਨੇ ਸਾਡੀ ਝੋਲੀ ਵਿੱਚ ਇੱਕ ਮੈਥਡ ਪਾਇਆ ਵੀ ਇਉਂ ਕਰ ਤੂੰ ਸਫਲ ਹੋ ਜਾਏਗਾ, ਵੀ ਤੂੰ ਆਪਣੀ ਜ਼ਿੰਦਗੀ ਨੂੰ ਚਾਰ ਥਾਵੇਂ ਵੰਡ ਲਾ। ਉਹਨਾਂ ਨੇ 100 ਸਾਲ ਦੀ ਉਮਰ ਕਰਕੇ ਤੇ ਗੁਰਮੁਖ ਪਿਆਰੇ ਚਾਰ ਥਾਵੇਂ ਨੂੰ ਵੰਡਤਾ, 25-25 ਤੇ ਜੀ, ਵੀ 25 ਸਾਲ ਤੂੰ ਬ੍ਰਹਮਚਾਰਜ ਰੱਖ, ਵਿਆਹ ਨਾ ਕਰਾ, ਸਰੀਰ ਨੂੰ ਕਸਰਤ ਕਰਕੇ ਬਲਵਾਨ ਬਣਾ, ਨਸ਼ਿਆਂ ਤੋਂ ਬਚ, ਭੈੜੀ ਸੰਗਤ ਤੋਂ ਬਚ, ਸਤਪੁਰਖਾਂ ਦੀ ਸੰਗਤ ਕਰ, ਸਿਮਰਨ ਕਰ 25 ਸਾਲ ਤੱਕ। ਪਹਿਲਾ ਆਸਰਾ, ਜਦੋਂ ਤੂੰ 25 ਸਾਲ ਦਾ ਹੋਵੇ ਫਿਰ ਸਾਜੀ ਕਰਾ ਲੈ, 25 ਤੋਂ 50 ਸਾਲ ਤੱਕ ਬੱਚੇ ਪੈਦਾ ਕਰ ਲੈ। ਦੇਖੋ ਮੈਥਡ ਦੇਖੋ। ਦੂਜਾ ਆਸਰਮ, 25 ਤੋਂ 50 ਸਾਲ ਤੱਕ ਤੂੰ ਬੱਚੇ ਪੈਦਾ ਕਰ ਲਾ, ਜਦ ਤੂੰ 50 ਸਾਲ ਦਾ ਹੋ ਗਿਆ ਤੇਰੇ ਬੱਚੇ ਤੇਰੇ ਬਰਾਬਰ ਤੱਕ ਆ ਜਾਣਗੇ ਕੁੱਝ ਕੁੱਝ। ਫਿਰ ਇਉਂ ਕਰੀ ਵੀ ਤੂੰ ਇੱਕ ਹੱਥ ਬੱਚਿਆਂ ਚ ਰੱਖੀ, ਕੱਢ ਲਈ ਬਾਹਰ। ਦੇਖੋ ਜਦੋਂ ਤੂੰ 50 ਸਾਲ ਦਾ ਹੋ ਗਿਆ ਨਾ, 50 ਤੋਂ 75 ਸਾਲ ਤੱਕ ਰਹਿ ਤੂੰ ਪਰਿਵਾਰ ਚ ਹੀ, ਆਪਦੇ ਰਹਿ ਆਪਣੇ ਪਰਿਵਾਰ ਚ। ਜਦ ਤੂੰ 50 ਤੋਂ 75 ਸਾਲ ਦੇ ਵਿੱਚ ਆ ਗਿਆ, ਤੂੰ ਇੱਕ ਹੱਥ ਬੱਚਿਆਂ ਨੂੰ ਕੱਢ ਲਈ, ਉਹਨਾਂ ਦੇ ਵਿੱਚ ਰੱਖੀ, ਮਤਲਬ ਕੁੱਝ ਕੁੱਝ ਜ਼ਿੰਮੇਵਾਰੀਆਂ ਬੱਚਿਆਂ ਨੂੰ ਦੇ ਦੇ। ਹੁਣ ਗੁਰਮੁਖ ਪਿਆਰਿਓ, ਮਹਾਂਪੁਰਖਾਂ ਨੇ ਚੌਥਾ ਆਸਰਮ ਸਾਡੀ ਝੋਲੀ ਚ ਪਾਇਆ ਵੀ ਜਦੋਂ ਤੂੰ 75 ਸਾਲ ਦਾ ਹੋ ਗਿਆ, ਤੂੰ ਘਰ ਬਾਰ ਛੱਡ ਕੇ ਤੂੰ ਜੰਗਲਾਂ ਚ ਨੂੰ ਵਗ ਜੀ, ਤਪੱਸਿਆ ਕਰੀ, ਤੇਰਾ ਜੀ ਤੇਰਾ ਜਨਮ ਸਫਲਾ ਹੋ ਜਾਊਗਾ ਬੰਦਗੀ। ਕਿੰਨਾ ਸੋਹਣਾ ਮੈਥਡ ਸੀ, ਕਿੰਨਾ ਸੋਹਣਾ ਮੈਥਡ ਸੀ। ਇੱਥੇ ਤੇ ਗੁਰਮੁਖ ਪਿਆਰਿਓ, ਗੁੱਸਾ ਤਾਂ ਨਾ ਕਰਿਓ, ਬੁੱਢੇ ਹੋ ਜਾਂਦੇ ਨੇ ਪਰ ਚਾਬੀ ਨਹੀਂ ਫੜਾਉਂਦੇ। ਮੁੰਡਿਆਂ ਨੂੰ ਕਹਿੰਦੇ ਇਹਨੂੰ ਕੀ ਪਤਾ ਜੇ ਲੈ। ਦੇਖੋ ਦੇਖੋ, ਮੁੰਡਾ 25-30 ਸਾਲ ਦਾ ਹੋਵੇ, ਕਹਿੰਦੇ ਤੈਨੂੰ ਖੇਤੀ ਕਰਨ ਦਾ ਕੀ ਪਤਾ, ਮੈਂ ਕਰੂੰਗਾ ਟਰੈਕਟਰ, ਮੈਨੂੰ ਬੜਾ, ਦੇਖ ਲੈ। ਦੂਜੇ ਪਾਸੇ ਤੇ ਗੁਰਮੁਖ ਪਿਆਰਿਓ, ਚਲੋ ਹੁਣ ਤੇ ਗੁਰੂ ਦੀ ਕਿਰਪਾ ਹੀ ਹੈ, ਸਾਰੇ ਆਪਾਂ ਡੈਰੀਆਂ 'ਚ ਦੁੱਧ ਲੈਂਦੇ ਹੈ, ਤੇ ਪਹਿਲਾਂ ਤੇ ਗੁਰਮੁਖ ਪਿਆਰਿਓ ਮਾਈਆਂ ਘਿਓ ਵਾਲਾ ਜਿਹੜਾ ਘੜੇ ਵਾਲੀ ਉਹ ਹੁੰਦੀ ਨਾ ਅਲਮਾਰੀ ਆਪਣੀ, ਨੂੰਹ ਨੂੰ ਨਹੀਂ ਦੀ ਫੜਦੇ ਚਾਬੀ, ਕਹਿੰਦੀ ਇਹਨੂੰ ਕੀ ਪਤਾ ਤਾਂ ਨਿਆਣੀ ਹੈ, ਕਿੰਨੇ ਕੁ ਸੁਧਰ ਗਏ ਪਿਆਰਿਓ। ਮੈਂ ਹੈਰਾਨ ਉਹਨਾਂ ਸਤਿਗੁਰਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਤੇ, ਉਹ ਕਹਿੰਦੇ ਨਾ ਤੂੰ 25-25 ਸਾਲ ਉਡੀਕ, ਨਾ ਤੂੰ 75 ਸਾਲ ਉਡੀਕ। ਸਿੱਖੋ ਧਿਆਨ ਦਿਓ, ਮਹਾਂਪੁਰਖਾਂ ਨੇ ਚੰਗੀ ਗੱਲ ਦਿੱਤੀ ਸਾਨੂੰ, ਪਰ ਸਾਡੇ ਬਾਪੂ ਉਦੋਂ ਅੱਗੇ ਲੈ ਗਏ ਸਾਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦੋਂ ਅੱਗੇ ਲੈ ਗਏ ਸਾਨੂੰ, ਕਹਿੰਦੇ ਯਾਰ ਤੂੰ ਕਿਹੜੇ ਚੱਕਰਾਂ 'ਚ ਪੈਣਾ, ਕਿੰਨਾ ਕੁ ਸਮਾਂ ਬੰਦਗੀ ਕਰਨੀ ਹੈ। ਕਬੀਰ, ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤ ਰਸੇ ਕੀ ਬੂਸਤੇ ਜੋ ਕਿਨੋ ਸੋਲਾ। ਇੱਕ ਘੜੀ ਦਾ ਸਮਾਂ 24 ਮਿੰਟ, ਅੱਧੀ ਘੜੀ ਦਾ ਸਮਾਂ 12 ਮਿੰਟ, ਉਹ ਤੋਂ ਅੱਧੀ ਘੜੀ ਦਾ ਸਮਾਂ 6 ਮਿੰਟ। ਇਹ ਤੁਹਾਡਾ ਮਨ ਲੱਗਦਾ 6 ਮਿੰਟ ਹੋ ਪਿਆਰੇ, ਤੁਹਾਡਾ ਮਨ ਸਤਸੰਗ 6 ਮਿੰਟ ਖੜਦਾ, ਤੇ ਗੁਰਮੁਖ ਪਿਆਰਿਓ ਜਾਂ ਤਾਂ ਜਵਾਕਾਂ ਨੂੰ ਖਿਡਾਈ ਜਾਵਾਂਗੇ, ਜਾਂ ਫਿਰ ਵੱਡੀ ਕਹਿੰਦਾ ਗੋਲਕ ਤੋਂ ਪੈਸੇ ਵੀ ਪੈਸੇ ਤੋੜ ਕੇ ਦੇਈ, ਜਾਂ ਢੋਲਕਿਆਂ ਨੂੰ ਕਹਿਣਗੇ ਪੈਸੇ ਟੁੱਟੇ ਦੇਈ, ਲੈ ਸਾਡੇ ਸੇਤੀ ਖੜ ਗਏ। ਸਾਡੇ ਕੋਲ ਤਾਂ ਗੁਰੂ ਵਾਸਤੇ 6 ਮਿੰਟ ਵੀ ਨਹੀਂ, ਹਾਲ ਕੀ ਹੈ ਸਾਡਾ, ਪੁੱਛੀਏ ਬਾਪੂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਡਾ ਹਾਲ ਆ ਫਰੀਦਾ ਲੋੜੇ ਦਾਖ ਮਜੂਰੀਆਂ, ਪਿੱਤਰ ਬੀਜੇ ਜੱਟ ਹੰਡਾ ਉਹਨਕ ਤਾਏ ਦਾ ਪੈਂਦਾ ਲੋੜ ਹੈ। ਸੱਚ ਜਾਣਿਓ ਪਿਆਰੇ, ਮੈਂ ਮਹਾਂਪੁਰਖਾਂ ਦਾ ਬਚਨ ਆਪ ਜੀ ਅੱਗੇ ਨੱਕ ਰੱਖਦਾ, ਜੇ ਕਿਤੇ 6 ਮਿੰਟ ਤੁਹਾਡੀ ਜ਼ਿੰਦਗੀ ਜਾ ਗਿਆ, ਮੈਂ ਗੁਰੂ ਬਾਬਾ ਦੇ ਚਰਨਾਂ 'ਚ ਮਹਾਂਪੁਰਖਾਂ ਦੇ ਚਰਨਾਂ 'ਚ ਬੈਠਾ, ਜੇ ਕਿਤੇ 6 ਮਿੰਟ ਤੁਹਾਡੀ ਜ਼ਿੰਦਗੀ 'ਚ ਆ ਗਏ, ਤੁਸੀਂ ਪੂਜਣ ਯੋਗ ਬਣ ਜਾਓਗੇ ਹੋ ਪਿਆਰਿਓ, ਲੋਕ ਤੁਹਾਡੀ ਪੂਜਾ ਕਰਿਆ ਕਰਨਗੇ। ਮੈਂ ਦੱਸਦਾ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਤੋਂ ਛੀਪਰੋ ਹੋਇਓ ਲਾਖੀਣਾ, ਗੁਣਨਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਭਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ, ਹਰ ਦਰਸ਼ਨ ਪਾਇਆ ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰ ਬ੍ਰਹਮ, ਭਗਤਾ ਮੈਂ ਗਣਿਆ ਇਹ ਵਿੱਚ ਸੁਣ ਕੇ ਜਾ ਟਰੋਠ, ਭਗਤੀ ਲਾਗਾ ਮਿਲੇ ਪ੍ਰਤੱਖ ਵਸਾਈਆਂ ਧੰਨਾ ਭਾਗਾ। ਹੈ ਕੋਈ ਗੰਜਾਇਸ਼ ਸ਼ਕਤ ਵਾਲੀ ਉਹ ਪਿਆਰਿਓ, ਦੱਸੋ ਕਿੱਥੇ ਇਹਨੇ PhD ਕਰੀ ਸੀ ਇਹ ਭਗਤਾਂ ਨੇ, ਤੇ ਦੱਸੋ ਕਿਹੜੀਆਂ ਉੱਚੀਆਂ ਜਾਤਾਂ ਦੇ ਸੀ ਇਹ, ਪਰ ਪੂਜਣ ਯੋਗ ਹੋ ਗਏ, ਕਿਉਂ ਹੋ ਗਏ, ਬੰਦਗੀ ਕੀਤੀ।
ਦਿਖਾਵਾ ਨਹੀਂ ਕੀਤਾ ਆਪਣੇ ਵਾਂਗੂ, ਬੰਦਗੀ ਕੀਤੀ ਜਿੱਦੇ ਤੁਸੀਂ ਬੰਦਗੀ ਕਰ ਲਿਓ ਪਿਆਰਿਓ, ਬਸ ਫਿਰ ਉਦੀ ਪੜਿਓ। ਇੱਕੋ ਲਾਇਕ ਜੀ ਬੈਕੁੰਠ ਘੜੀ ਸਤ ਸੰਗਤੀ।